ਮੈਂ 30/3/24 ਨੂੰ ਵੀ ਤੁਹਾਨੂੰ ਇਹੋ ਕਿਹਾ ਸੀ ਮੈਂ ਕਿ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਹੀਂ ਹੁੰਦੀ ਮੈਂ ਜੁੱਤੀ ਨਹੀਂ ਪਾਊਂਗਾ। ਅਤੇ ਮੈਂ ਸ਼੍ਰੀ ਅਚਲੇਸ਼ਵਰ ਧਾਮ 'ਤੇ ਕਸਮ ਵੀ ਖਾਧੀ ਸੀ ਕਿ ਜਿੰਨੀ ਦੇਰ ਤੱਕ ਅਰਵਿੰਦ ਕੇਜਰੀਵਾਲ ਬਾਹਰ ਨਹੀਂ ਆਉਂਦੇ ਮੈਂ ਜੁੱਤੀ ਨਹੀਂ ਪਾਵਾਂਗਾ। ਫਿਰ ਮੈਂ ਹਮਨ ਵੀ ਕਰਵਾਇਆ ਸੀ ਅਤੇ ਮੈਂ ਉਦੋਂ ਵੀ ਕਿਹਾ ਸੀ ਵੀ 40 ਦਿਨ ਦੇ ਵਿੱਚ ਇੱਥੇ ਅਚਲੇਸ਼ਵਰ ਧਾਮ 'ਤੇ ਭੋਲੇ ਸ਼ੰਕਰ ਦੇ ਜੋ ਵੀ ਅਰਦਾਸ ਕਰਦਾ ਵਾ ਅਤੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਜੋ ਅਰਦਾਸ ਕਰਦਾ ਉਹ 40 ਦਿਨ ਦੇ ਵਿੱਚ ਵਿੱਚ ਉਹਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਅਤੇ ਮੇਰੀ ਅੱਜ ਪੂਰੇ 40 ਦਿਨ ਹੋਏ ਨੇ ਅਤੇ ਮਨੋਕਾਮਨਾ ਮੇਰੀ ਪੂਰੀ ਹੋ ਗਈ ਆ। ਅਤੇ ਹੁਣ ਮੈਂ ਜਦੋਂ ਅਰਵਿੰਦ ਕੇਜਰੀਵਾਲ ਜੀ ਮੈਨੂੰ ਫੋਨ ਕਰਨਗੇ ਅਤੇ ਜਾਂ ਕਿਤੇ ਪੰਜਾਬ ਦੌਰੇ 'ਤੇ ਆਉਣਗੇ ਜਾਂ ਬਟਾਲੇ ਆਉਣਗੇ ਮੈਂ ਉਦੋਂ ਚੱਪਲ ਪਾਉਣੀ ਆ, ਉਸ ਤਰ੍ਹਾਂ ਮੈਂ ਚੱਪਲ ਨਹੀਂ ਪਾਉਣੀ ਹੈਗੀ। ਲੇਕਿਨ ਪ੍ਰਣ ਤੇ ਤੁਹਾਡਾ ਪੂਰਾ ਹੋ ਗਿਆ, ਹੁਣ ਕੇਜਰੀਵਾਲ ਸਾਡੀ ਜੁੱਤੀ ਹੁਣ ਤੁਸੀਂ ਪਾ ਸਕਦੇ ਹੋ ਆਪ ਜੀ? ਨਹੀਂ, ਮੈਂ ਜੁੱਤੀ ਆਪ ਨਹੀਂ ਪਾਉਣੀ ਹੈਗੀ, ਜੁੱਤੀ ਉਹਨਾਂ ਕੋਈ ਪਾਉਣੀ ਹੈ। ਮਤਲਬ ਉਹਨਾਂ ਦੀ ਹਾਜ਼ਰੀ ਸੀ। ਹਾਂਜੀ, ਮੈਂ ਉਦੋਂ ਅਚਲ ਸਾਹਿਬ ਮੈਂ ਇਹੋ ਗੱਲ ਕੀਤੀ ਸੀ ਵੀ ਮੈਂ ਉਹਨਾਂ ਦੀ ਹਾਜ਼ਰੀ 'ਚ ਹੀ ਚੱਪਲ ਪਾਉਣੀ ਹੈ। ਫਿਰ ਕੈਂਪੇਨ ਕਰਨੀ, ਗਰਮੀ ਦਾ ਦਿਨ, ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਕੈਂਪੇਨ ਅਜੇ ਵੀ ਜਾਰੀ ਰੱਖੀ ਹੋਈ ਹਾਂ, ਹੈ? ਮੈਂ ਜਾਰੀ ਕੀਤੀ। ਮੈਂ 9 ਹਲਕਿਆਂ 'ਚ ਕੰਮ ਕਰਦਾ ਪਿਆ, 9 ਹਲਕਿਆਂ ਮੈਂ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ, ਹਰ ਇੱਕ ਥਾਂ ਮੈਂ ਜਾ ਰਿਹਾ ਅਤੇ ਨੰਗੇ ਪੈਰੀ ਜਾ ਰਿਹਾ। ਅੱਜ ਵੈਸੇ ਅਰਵਿੰਦ ਕੇਜਰੀਵਾਲ ਜਦੋਂ ਰਿਹਾ ਹੁੰਦੇ ਆ, ਇੱਕ ਆਮ ਆਦਮੀ ਪਾਰਟੀ ਦੇ ਵਰਕਰ ਵੀ ਹੋ, ਨੇਤਾ ਵੀ ਹੋ, ਕਿੱਦਾਂ ਸੋਚਦੇ ਹੋ? ਅੱਜ ਜਦੋਂ 2 ਵਜੇ ਤੋਂ ਬਾਅਦ ਸਾਨੂੰ ਲੱਗਾ ਪਤਾ, ਮੈਂ ਉਦੋਂ ਸ਼੍ਰੀ ਅਚਲੇਸ਼ਵਰ ਧਾਮ ਸੀ, ਅੱਜ ਉੱਥੇ ਮੰਦਿਰ ਵਿੱਚ ਹੀ ਇੱਕ ਮਠਿਆਈ ਦੀ ਦੁਕਾਨ ਖੋਲ੍ਹੀ ਆ ਅਤੇ ਉਹਦਾ ਉਦਘਾਟਨ ਸੀ। ਅਤੇ ਮੈਂ ਉਦੋਂ ਸਵੇਰ ਦੇ ਮੈਂ ਅਤੇ ਮੇਰੇ ਵਲੰਟੀਅਰ, ਮੇਰੇ ਦੋਸਤ ਸਾਰੇ ਉੱਥੇ ਸੀ ਆਪਾਂ। ਅਤੇ ਜਦੋਂ ਸਾਨੂੰ 2 ਵਜੇ ਲੱਗਾ ਪਤਾ ਵੀ ਇਹਨਾਂ ਦੀ ਜ਼ਮਾਨਤ ਹੋ ਗਈ ਆ, ਉਸ ਵਕਤ ਖੁਸ਼ੀ ਦੀ ਲਹਿਰ ਬਣ ਗਈ। ਫਿਰ ਢੋਲ ਵਾਲੇ ਵੀ ਆ ਗਏ, ਲੱਡੂ ਵਗੈਰਾ ਵਗੈਰਾ ਆਪਾਂ ਸਾਰਾ ਵਰਤਾਇਆ ਅਤੇ ਮੇਰੇ ਦਫ਼ਤਰ ਆਣ ਕੇ ਬਹੁਤ ਰੌਣਕ ਹੋ ਗਈ। ਅਤੇ ਫਿਰ ਮੈਂ ਅਚਲ ਸਵੇਰ ਧਾਮ ਤੋਂ ਫਿਰ ਮੈਂ ਦੁਬਾਰਾ ਆਪਣੇ ਦਫ਼ਤਰ ਆਇਆ ਅਤੇ ਦਫ਼ਤਰ ਤੋਂ ਫਿਰ ਮੈਂ ਦੁਬਾਰਾ ਅਚਲੇਸ਼ਵਰ ਧਾਮ ਗਿਆ। ਲੱਗਦਾ ਹੈ ਕਿ ਮਨ 'ਚ, ਹਾਂ ਬਿਲਕੁਲ, 40 ਦਿਨ ਦੇ ਵਿੱਚ ਵਿੱਚ ਹੀ ਮੈਂ ਕਿਹਾ ਸੀ ਵੀ 40 ਦਿਨ ਦੇ ਵਿੱਚ ਵਿੱਚ ਹੀ ਇਸ ਧਰਮ ਅਸਥਾਨ 'ਤੇ ਆਣ ਕੇ ਜੋ ਵੀ ਆਪਣੀ ਮਨੋਕਾਮਨਾ ਮੰਗਦਾ ਵਾ ਉਹ ਪੂਰੀ ਹੁੰਦੀ ਹੈ। ਵੇਖੋ ਜੀ, ਅੱਜ ਦਾ ਦਿਨ ਇੱਕ ਬੜਾ ਮਹੱਤਵਪੂਰਨ ਦਿਨ ਆ ਪੂਰੀ ਸਮੁੱਚੀ ਆਮ ਆਦਮੀ ਪਾਰਟੀ ਵਾਸਤੇ, ਸਮੁੱਚੇ ਵਲੰਟੀਅਰ ਵਾਸਤੇ, ਸਮੁੱਚੀ ਲੀਡਰਸ਼ਿਪ ਵਾਸਤੇ, ਕਿਉਂਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ। ਜਿਹੜੀ ਤਾਕਤ ਦਾ ਨਜਾਇਜ਼ ਫਾਇਦਾ ਚੁੱਕ ਕੇ ਇੱਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਅੱਜ ਸੁਪਰੀਮ ਕੋਰਟ ਵੱਲੋਂ ਜਿਹੜੀ ਆ ਉਹ ਜ਼ਮਾਨਤ ਦੇ ਕੇ ਸੁਪਰੀਮ ਕੋਰਟ ਨੇ ਇਹ ਦੱਸਤਾ ਵਾ ਕਿ ਇਨਸਾਫ਼ ਜਿਹੜਾ ਵਾ ਹਿੰਦੁਸਤਾਨ 'ਚ ਜਿੰਦਾ। ਅੱਜ ਸ਼ਰਤਾਂ 'ਤੇ ਜ਼ਮਾਨਤ ਮਿਲੀ ਹੈ, ਆਉਣ ਵਾਲੇ ਸਮੇਂ 'ਚ ਜਦੋਂ ਇਸ ਕੇਸ 'ਚ ਲੱਭਿਆ ਕੁਛ ਨਾ ਤਾਂ ਕੇਜਰੀਵਾਲ ਸਾਹਿਬ ਨੂੰ ਜਿਹੜਾ ਬਾਜ਼ਿਤ ਬਰੀ ਵੀ ਕੀਤਾ ਜਾਏਗਾ, ਕੇਸ ਖਾਰਜ ਹੋਏਗਾ। ਇਲੈਕਸ਼ਨ ਕੈਂਪੇਨ ਵੀ ਮਤਲਬ ਬਿਲਕੁਲ ਬੂਮ ਫੜੇਗੀ ਜੀ। ਬੇਸਿਕਲੀ ਵਿਰੋਧੀਆਂ ਦਾ ਮੇਨ ਮਕਸਦ ਉਹਨਾਂ ਨੂੰ ਅੰਦਰ ਕਰਨਾ ਇਹੋ ਹੀ ਕਿ ਕਿਸੇ ਤਰੀਕੇ ਕੰਪੇਨਿੰਗ ਜਿਹੜੀ ਆ ਉਹ ਦੱਬੀ ਜਾਏ, ਪਰ ਇਹਦਾ ਰਿਜ਼ਲਟ ਜਿਹੜਾ ਉਲਟਾ ਹੋ ਕੇ ਮਿਲੇਗਾ ਕਿ ਉਹ ਓਨਾ ਜ਼ਿਆਦਾ ਹੀ ਬੂਮ ਮਿਲੇਗਾ। ਜਦੋਂ ਅਸੀਂ ਕਿਸੇ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵੱਧ ਚੜ੍ਹ ਕੇ ਸਾਹਮਣੇ ਆਉਂਦੀ ਹੈ, ਤਾਂ ਹੁਣ ਵੱਧ ਚੜ੍ਹ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਕੰਪੇਨਿੰਗ ਆ ਉਹਨੂੰ ਹੋਰ ਬਲ ਜਿਹੜਾ ਵਾ ਮਿਲੇ।